ਬਾਬਾ ਬਖਤੌਰਾ ਗੋਲ ਮਸ਼ਕਰੀ ਕਰ ਗਿਆ ਨੀ ਬਾਬਾ ਬਖਤੌਰਾ। ਪਤਾ ਨੀ ਕਹਿੰਦੇ ਗੋਲ ਮਕਸ਼ਰੀ ਕਰ ਗਿਆ ਮਸ਼ਕੀ ਉਹ ਵਰਡ ਆ ਬਾਬਾ ਬਖਤੌਰਾ। ਵੈਸੇ ਗਾਣਾ ਮੈਂ ਪਹਿਲੀ ਵਾਰ ਸੁਣਿਆ, ਮੈਨੂੰ ਤੱਕ ਵਕਤ ਵਰਡ ਵੀ ਨੀ ਬੋਲਣੇ ਆਏ ਉਹਦੇ। ਸੋ ਇਹ ਹੈਗਾ ਚੰਨੀ ਤੇ ਨਾਲ ਉਹ ਬੀਬੀ ਟੰਗੀਰ ਕੌਰ ਜਿਹੜੀ ਟੰਗੀ ਰਹਿੰਦੀ ਹੈ, ਸਮਝ ਆਈ ਨਾ, ਟੰਗੀ ਰਹਿੰਦੀ ਹੈ ਤੇ ਉਹ ਬੀਬੀ ਜੰਗੀਰ ਕੌਰ ਆ ਜਿਹਦੇ ਚਿੱਠੇ ਫਰੋਲੋਂਗੇ ਨਾ ਤੇ ਬੇਪਨਾ ਬੰਦਿਆਂ ਦੀ ਲਿਸਟ ਨਿਕਲੇਗੀ। ਬੇਪਨਾ ਇਹ ਉਹੀ ਬੀਬੀ ਜੰਗੀਰ ਕੌਰ ਆ ਜਿਹਨੇ ਆਪਣੀ ਸਕੀ ਧੀ ਦਾ ਕੁਰਸੀ ਵਾਸਤੇ ਉਹਦਾ ਮਰਡਰ ਕਰਾਤਾ ਸੀ। ਤੋ ਧੀ ਪ੍ਰੈਗਨੈਂਟ ਸੀ, ਗਰਭਵਤੀ ਸੀ, ਕਿਉਂਕਿ ਉਹਨੇ ਆਪਣੀ ਇੱਛਾ ਦੇ ਨਾਲ ਲਵ ਮੈਰਿਜ ਕੀਤੀ ਸੀ। ਇਹ ਉਹੀ ਬੀਬੀ ਜੰਗੀਰ ਕੌਰ ਆ ਜਿਹਨੇ 9 ਮਹੀਨੇ ਆਪਣੀ ਧੀ ਨੂੰ ਕੁੱਖ 'ਚ ਰੱਖ ਕੇ ਮੁੜ ਕੇ ਜਦੋਂ ਧੀ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਉਹਨੂੰ ਬੜੇ ਪਿਆਰ ਨਾਲ ਘਰ ਬੁਲਾ ਕੇ 7 ਕਿ 8ਵੇਂ ਮਹੀਨੇ ਦੀ ਕੁੜੀ ਗਰਭਵਤੀ ਉਹਦਾ ਮਰਡਰ ਕਰਦਾ ਸੀ। ਏਦਾਂ ਦੇ ਮਰਡਰਸ ਲੋਕਾਂ ਨੂੰ ਤੁਸੀਂ ਇਲੈਕਸ਼ਨ 'ਚ 5 ਮਿੰਟ ਦੇਣ ਲੱਗਦੇ ਹੋ, ਟਿਕਟ ਦੇਣ ਵਾਸਤੇ 5 ਮਿੰਟ ਲਾਉਂਦੇ ਹੋ। ਹੁਣ ਰਿਹਾ ਚੰਨੀ, ਚੰਨੀ ਨੂੰ ਇਹਦਾ ਕਰੈਕਟਰ ਪਤਾ ਹੈ ਵੀ ਇਹ ਬੀਬੀ ਨਾਲ ਭਾਵਾਂ ਠੋਡੀ 'ਤੇ ਹੱਥ ਲਾ ਦਿਉ, ਭਾਵਾਂ ਪੋਡੀ 'ਤੇ ਹੱਥ ਲਾ ਦਿਉ, ਭਾਵਾਂ ਇਹਦੇ ਬੰਮ 'ਤੇ ਹੱਥ ਲਾ ਦਿਉ, ਸਾਰੇ ਇਹਦੇ ਨਾਲ ਮਸ਼ਕਰੀਆਂ ਕਰਦੇ ਆ। ਕਿਉਂ? ਕਿਉਂਕਿ ਕਰੈਕਟਰ ਹੈ ਇਹਦਾ। ਇਹ ਜਿੱਜਤਦਾਰ ਕਰੈਕਟਰ ਦੀ ਜਨਾਨੀ ਹੋਵੇ ਨਾ, ਉਹਨੂੰ ਬੰਦਾ ਇੱਦਾਂ ਟੱਚ ਕਰਕੇ ਦੇਖ, ਛੱਪੜ ਮਾਰਦੀ ਹੈ ਮੂੰਹ ਤੋਂ ਖਿੱਚ ਕੇ। ਇਹ ਤਾਂ ਚੰਨੀ ਨੇ ਐਂ ਕੀਤਾ ਤੇ ਬੀਬੀ ਜੰਗੀਰ ਕੌਰ ਨੇ ਕੀ ਸਾਰਿਆਂ ਮੂਹਰੇ ਕਿਉਂ ਕਹਿਤਾ, ਰਾਤ ਨੂੰ ਮਿਲਦਾ ਨਾ ਆ ਕੇ ਫਿਰ ਗੱਲ ਕਰਦੀ। ਉਹਦਾ ਇਸ਼ਾਰਾ ਇਹ ਸੀ ਚੰਨੀ ਨੂੰ, ਆ ਮਰ ਜਾਓ ਡੁੱਬ ਕੇ, ਚਿੱਟੇ ਕੱਪੜੇ ਪਾ ਕੇ, ਸ਼੍ਰੀ ਸਾਹਿਬ ਪਾ ਕੇ, ਲੋਕਾਂ ਮੇਰੇ ਬੀਬੀ ਬੀਬੀ ਬਣ ਕੇ ਕਰਨੇ ਆ ਦੁਨੀਆਂ ਭਰ ਦੇ ਲੁੱਚੇ ਕੰਮ, ਚੋਰੀਆਂ ਠੱਗੀਆਂ ਲੱਖ ਦੀਆਂ ਲਾਲਤਾਂ ਤੈਨੂੰ।